ਮੈਂ ਤਾਂ ਕਿਹਾ ਮੈਂ ਸੈੱਟ ਤੇ ਆਉਣਾ ਹੀ ਨਹੀਂ। ਗਲਤ ਨਿਊਜ਼ ਸਪਰੈਡ ਕੀਤੀ ਆ ਬਿਨੂ ਜੀ ਨੇ, ਮੈਂ ਸਿੰਗਰ ਨਹੀਂ ਹਾਂ। ਤਾਂ ਜਿਵੇਂ ਸੁੱਤੇ ਪਏ ਬੰਦਾ ਘਰਾੜੇ ਮਾਰਦਾ ਇਹ ਗਾਣਾ ਗਾਉਂਦੇ ਨੇ, ਕਹਿੰਦੇ ਮੈਂ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ, ਜੇ ਮੈਂ ਸਾਂਭ ਸਾਂਭ ਰੱਖਦਾ ਜ਼ਮੀਨ ਜੱਟ ਨਹੀਂ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ ਜੱਟ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਕੌੜਾ ਅਤੇ ਤੁਸੀਂ ਵੇਖ ਰਹੇ ਹੋ ਨੈਸ਼ਨਲ ਬਜ਼, ਅਤੇ ਸਾਡੇ ਨਾਲ ਜੁੜ ਚੁੱਕੀ ਹੈ ਕਾਲਾ ਸ਼ਾਹ ਕਾਲਾ ਦੀ ਟੀਮ ਸਰਗੁਣ ਮਹਿਤਾ ਜੀ, ਅਤੇ ਸਾਡੇ ਨਾਲ ਨੇ ਜੀ ਇਹ ਕੌਣ ਨੇ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਇੱਕ ਇਨਸਾਨ ਹਾਂ ਜੀ, ਅਤੇ ਮੈਂ ਵੀ ਫਿਲਮ ਦੇ ਵਿੱਚ ਛੋਟਾ ਜਿਹਾ ਕੰਮ ਕੀਤਾ ਜੀ। ਕਾਲਾ ਸ਼ਾਹ ਕਾਲਾ ਸਾਡੀ ਮੂਵੀ ਆਉਣੀ ਹੈ ਜੀ। ਨਹੀਂ ਨਹੀਂ, ਸਾਨੂੰ ਦੱਸਿਆ ਗਿਆ ਸੀ ਕਾਲਾ ਸ਼ਾਹ ਕਾਲਾ ਦੀ ਟੀਮ ਆਉਣੀ ਹੈ, ਅਤੇ ਜਿਹੜੀ ਮੈਂ ਟ੍ਰੇਲਰ ਦੇਖਿਆ ਸੀ ਉਹ 'ਚ ਤਾਂ ਮਤਲਬ ਜਿਹੜਾ ਹੀਰੋ ਸੀਗਾ ਮੇਨ ਲੀਡ, ਅਤੇ ਉਹ ਕਾਲਾ ਕਾਲਾ ਜਿਹਾ ਸੀਗਾ, ਤੁਸੀਂ ਤਾਂ ਇੰਨੇ ਸੋਹਣੇ ਹੈਂਡਸਮ ਹੋ। ਮੈਂ ਵੀ ਉਸੇ ਨੂੰ ਦੇਖਣ ਆਇਆ ਜੀ, ਉਹ ਮੇਰੇ ਖਿਆਲ ਦਿਖੂਗਾ ਤੁਹਾਨੂੰ 14 ਤਰੀਕ ਨੂੰ, ਕਿਉਂਕਿ ਉਹ ਅੱਜ ਮੇਰੇ ਖਿਆਲ ਨਹੀਂ ਆਇਆ, ਸਿਨੇਮਾ ਘਰਾਂ ਵਿੱਚ ਸਿੱਧਾ ਹੀ ਆਊਗਾ ਜੀ ਉਹ ਬੰਦਾ। ਗੱਲ ਕਰੀਏ ਬਿਨੂ ਢਿੱਲੋਂ ਜੀ ਦੀ, ਤਾਂ ਬੜਾ ਡਿਫਰੈਂਟ ਜਿਹਾ ਕਰੈਕਟਰ ਹੈ ਨਾ, ਇੰਨੇ ਗੋਰੇ ਚਿੱਟੇ ਤੁਸੀਂ ਹੈਗੇ ਹੋ, ਇੰਨੇ ਸੋਹਣੇ, ਉਹ ਕਾਲਾ ਰੰਗ ਕਿਉਂ? ਕਿਉਂਕਿ ਉਹ ਜਿਹੜੀ ਕਨਸੈਪਟ ਦੀ ਮੰਗ ਸੀਗੀ ਜੀ, ਉਹ ਕਾਲਾ ਸ਼ਾਹ ਕਾਲਾ ਨੂੰ, ਉਹੀ ਸਾਡੀ USP ਹੈ ਜੀ ਇਸ ਫਿਲਮ ਦੀ, ਵੀ ਕਾਲੇ ਰੰਗ ਦੇ ਉੱਤੇ ਫਿਲਮ ਅੱਜ ਤਾਈਂ ਨਹੀਂ ਬਣੀ ਸੀ, ਅਤੇ ਗਾਣੇ ਤਾਂ ਆਪਾਂ ਸੁਣਦੇ ਆਏ ਹਮੇਸ਼ਾ ਕਾਲਾ ਸ਼ਾਹ ਕਾਲਾ ਟ੍ਰੈਡੀਸ਼ਨਲ ਸੌਂਗ ਹੈ ਸਾਡਾ, ਪਰ ਇਹ ਬੜੀ ਖੂਬਸੂਰਤੀ ਜੀ ਸਕ੍ਰਿਪਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ, ਤਾਂ ਕਰਕੇ ਇਹ ਮੈਨੂੰ ਕਾਲਾ ਰੰਗ ਹੀ ਚਾਹੀਦਾ ਸੀ, ਇਸ ਕਰਕੇ ਕਾਲਾ ਰੰਗ ਮੈਨੂੰ ਕਰਨਾ ਪਿਆ ਜੀ। ਅਤੇ ਸਰਗੁਣ ਮਹਿਤਾ ਜੀ ਤੋਂ ਵੀ ਪੁੱਛ ਲੈਂਦੇ ਹਾਂ, ਕਿੱਦਾਂ ਦਾ ਲੱਗਿਆ ਕਾਲੇ ਰੰਗ ਦਾ ਤੁਹਾਡਾ ਯਾਰ? ਬਹੁਤ ਸੋਹਣਾ ਲੱਗਿਆ ਮੈਨੂੰ ਤਾਂ ਯਾਰ, ਸੱਚੀ ਮਤਲਬ ਅਸੀਂ ਆਹੀ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਤੁਸੀਂ ਬੰਦੇ ਦੀ ਸੂਰਤ 'ਤੇ ਜਾਓਗੇ ਤਾਂ ਫਿਰ ਤਾਂ ਤੁਹਾਨੂੰ ਕੁਛ ਨਹੀਂ ਪੱਟੇ ਲੱਗਣਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜ਼ਿੰਦਗੀ ਭਰ ਖੁਸ਼ ਰਹੋ ਤਾਂ ਤੁਸੀਂ ਕਿਸੇ ਐਸੇ ਬੰਦੇ ਨਾਲ ਰਹੋ ਜਿਹਦੀ ਸੀਰਤ ਬਹੁਤ ਸੋਹਣੀ ਆ, ਅਤੇ ਬਿਨੂ ਜੀ ਦੀ ਆਪ ਦੀ ਵੀ ਬਹੁਤ ਸੋਹਣੀ ਸੀਰਤ ਹੈ, ਅਤੇ ਜਿਹੜੇ ਉਹਨਾਂ ਨੇ ਕੈਰੈਕਟਰ ਕੀਤਾ ਹੈ ਉਹਦੀ ਸੀਰਤ ਵੀ ਬਹੁਤ ਸੋਹਣੀ ਹੈ। ਅੱਛਾ, ਜੇ ਗੱਲ ਕਰੀਏ ਪਹਿਲਾਂ ਕੁੜੀਆਂ ਕਹਿੰਦੀਆਂ ਸੀ ਕਾਲਾ ਸ਼ੱਕ ਕਾਲਾ ਮੇਰਾ ਕਾਲਾ ਹੈ ਸਰਦਾਰ, ਹੈ ਨਾ, ਵਿੱਚ ਜੇ ਕਹਿਣ ਲੱਗ ਗਿਆ ਸੀ ਤੇਰਾ ਕਾਲੇ ਰੰਗ ਦਾ ਯਾਰ ਮੈਨੂੰ ਕੁੜੀਆਂ ਕਹਿੰਦੀਆਂ, ਹੁਣ ਦੁਬਾਰਾ ਇੱਕ ਵਾਰ ਫਿਰ ਉਹ ਦੁਹਰਾਏਗਾ ਜਦੋਂ ਕੁੜੀਆਂ ਖੁਸ਼ ਹੋ ਕੇ ਕਹਿਣਗੀਆਂ ਵੀ ਮੇਰਾ ਕਾਲੇ ਰੰਗ ਦਾ ਯਾਰ, ਹੈ ਨਾ, ਕਾਲਾ ਸ਼ੱਕ ਕਾਲਾ? ਅਸੀਂ ਉਹੀ ਕਰਨ ਵਾਲੇ ਸੀ, ਅਸੀਂ ਕਿਹਾ ਬਹੁਤ ਹੋਇਆ ਯਾਰ, ਤੁਸੀਂ ਕਾਲੇ ਰੰਗ ਨੂੰ ਬਹੁਤ ਕਹਿਤਾ ਭਲਾ ਪੂਰਾ, ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਦੈਟ ਜੇ ਤੁਸੀਂ ਕਾਲੇ ਰੰਗ ਦੇ ਵੀ ਹੋ ਕੋਨਫੀਡੈਂਟ ਰਹੋ ਯਾਰ, ਤੁਸੀਂ ਬਹੁਤ ਸੋਹਣੇ ਹੋ ਆਪਣੇ ਆਪ 'ਚ। ਅੱਛਾ, ਬਿਨੂ ਜੀ ਤੋਂ ਪੁੱਛ ਲੈਂਦੇ, ਇੱਕ ਇੰਟਰਵਿਊ 'ਚ ਗੱਲ ਚੱਲ ਰਹੀ ਸੀ ਵੀ ਜੋਤਿਸ਼ ਵੀ ਮਾਣ ਗਏ ਨੇ ਸਰਗੁਣ ਮਹਿਤਾ ਜੀ, ਹੈ ਨਾ, ਬੜੀ ਚਾਹ ਪਾਣੀ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੀ ਪੁੱਛਗਿੱਛ ਹੁੰਦੀ ਹੈ ਸੈੱਟ 'ਤੇ? ਬਿਲਕੁਲ ਸਰਗੁਣ ਜੀ ਦਾ ਪੂਰਾ ਜਿਹੜਾ ਕੁਛ ਕਹਿੰਦੇ ਨੇ ਉਹ ਹੋ ਜਾਂਦਾ, ਵੀ ਚਲੋ ਇਹ ਦੇਖਿਓ ਫਿਲਮ ਆਪਣੀ ਇੰਨਾ ਵਰਕ ਕਰੂ, ਇਹ ਸਕ੍ਰਿਪਟ ਇੱਦਾਂ ਦੀ ਹੋਵੇ, ਇੱਦਾਂ ਦੀ ਹੋਊ, ਸਾਰਾ ਕੁਛ ਸਰਗੁਣ ਜੀ ਨੂੰ ਸਭ ਕੁਛ ਪਤਾ ਹੁੰਦਾ ਪਹਿਲਾਂ ਹੀ ਜੀ। ਅੱਛਾ, ਅਤੇ ਜੇ ਮੇਕਅਪ ਦੀ ਗੱਲ ਕਰੀਏ ਕਿੰਨਾ ਟਾਈਮ ਲੱਗਦਾ ਸੀ ਮੇਕਅਪ ਕਰਨ? ਮੇਕਅਪ ਕਰਨ ਲਈ ਜੀ ਮੇਰੇ ਖਿਆਲ 1.5 ਘੰਟਾ, ਆਲਮੋਸਟ 1.5-2 ਘੰਟੇ ਲੱਗ ਜਾਂਦੇ ਸੀਗੇ ਪਹਿਲਾਂ ਜਦੋਂ ਮੇਕਅਪ ਕਰਦਾ ਸੀਗਾ ਜੀ, ਅਤੇ ਉਤਾਰਨਾ ਜ਼ਿਆਦਾ ਔਖਾ ਸੀਗਾ ਜਦੋਂ, ਕਿਉਂਕਿ ਇੰਨਾ ਜ਼ਿਆਦਾ ਮੇਕਅਪ ਕੀਤਾ ਹੁੰਦਾ ਸੀ, ਤਾਂ ਪਹਿਲਾਂ 1 ਘੰਟਾ ਮੇਕਅਪ ਉਤਾਰਨ ਨੂੰ ਲੱਗਦਾ ਸੀ, ਫਿਰ ਆ ਕੇ ਨਹਾਉਣਾ ਫਿਰ ਵੀ ਲੈਂਦਾ ਸੀ ਸਵੇਰ ਤੱਕ, ਜਦੋਂ ਦੂਜੀ ਵਾਰੀ ਨਹਾਉਂਦਾ ਸੀ ਤਾਂ ਉਹ ਫਿਰ ਥੋੜ੍ਹਾ ਜਿਹਾ ਲੈਂਦਾ ਸੀਗਾ, ਐਂ ਹੁੰਦਾ ਸੀ ਵੀ ਹੁਣ ਠੀਕ ਹੋ ਗਿਆ, ਪਰ ਨਾਲ ਦੀ ਨਾਲ ਫਿਰ ਲਾਉਣਾ ਪੈਂਦਾ ਸੀ, 45 ਦਿਨ ਲਗਾਤਾਰ ਇਹ ਸਿਲਸਿਲਾ ਚੱਲਿਆ ਜੀ। ਅੱਛਾ, ਧੁੱਪ 'ਚ ਚੌਂਦਾ ਨਹੀਂ ਸੀ? ਨਾ, ਧੁੱਪ ਉਦੋਂ ਹੈ ਨਹੀਂ ਸੀ, ਠੰਡ ਬਹੁਤ ਸੀਗੀ ਜੀ। ਅਤੇ ਇਹੋ ਜਿਹੀ ਕੋਈ ਯਾਦਗਾਰ ਫਿਲਮ 'ਚੋਂ ਜਿਹੜੀ ਤੁਹਾਨੂੰ ਐਂਡ ਤੱਕ ਯਾਦ ਰਹਿਣ ਵਾਲੀ? ਇਹ ਕਿ ਮੈਨੂੰ ਬਹੁਤ ਠੰਡ ਲੱਗੀ ਐਕਚੁਅਲੀ, ਅਸੀਂ ਪਹਿਲਾ ਪਾਰਟ ਜਦੋਂ ਸ਼ੂਟ ਕੀਤਾ ਸੀ ਤਾਂ ਬਹੁਤ ਗਰਮੀ ਸੀ, ਤਾਂ ਮੇਰੇ ਸਾਰੇ ਸੂਟ ਬਣ ਗਏ ਜੀ, ਹਾਫ ਸਲੀਵ ਜੇ ਇੰਨੇ ਜਿਹੇ ਸੂਟ ਬਣ ਗਏ, ਅਤੇ ਪਤਲੇ ਪਤਲੇ ਕੱਪੜਿਆਂ ਦੇ, ਜਦੋਂ ਅਸੀਂ ਦੂਜਾ ਸ਼ਡਿਊਲ ਰੱਖਿਆ ਤਾਂ ਬਹੁਤ ਠੰਡ ਹੋ ਗਈ, 2-2 ਡਿਗਰੀ ਹੋ ਗਈ, ਮੈਂ ਕਿਹਾ ਯਾਰ ਕਿਉਂ ਰੱਖੇ ਤੁਸੀਂ, ਇਸ ਕਰਕੇ ਬਹੁਤ ਠੰਡ ਲੱਗੀ। ਅਤੇ ਯਾਦਗਾਰ ਮੂਮੈਂਟ ਤਾਂ ਬਹੁਤ ਨੇ, ਪੂਰੀ ਫਿਲਮ ਹੀ ਯਾਦਗਾਰ ਹੈ ਮੇਰੇ ਲਈ, ਜੇ ਤੁਸੀਂ ਵੀ ਦੇਖੋਗੇ ਤੁਹਾਡੇ ਲਈ ਵੀ ਫਿਲਮ ਬਹੁਤ ਯਾਦਗਾਰ ਬਣ ਜੂਗੀ। ਹੁਣ ਪ੍ਰੋਡਿਊਸਰ ਵੀ ਬਣ ਗਏ, ਫਿਲਮ 'ਚ ਪ੍ਰੋਡਕਸ਼ਨ ਵੀ ਕਰ ਰਹੇ ਹੋ, ਨਖਰੇ ਕਿੰਨੇ ਕੁ ਦਿਖਾਏ ਫਿਰ ਸੈੱਟ? ਬਹੁਤ ਨਖਰੇ, ਮੈਂ ਤਾਂ ਕਿਹਾ ਮੈਂ ਸੈੱਟ 'ਤੇ ਆਉਣਾ ਹੀ ਨਹੀਂ। ਨਹੀਂ ਐਕਚੁਅਲੀ ਜਦੋਂ ਪ੍ਰੋਡਿਊਸਰ ਬਣ ਜਾਓ ਫਿਰ ਤਾਂ ਬਿਲਕੁਲ ਵੀ ਨਖਰੇ ਨਹੀਂ ਦਿਖਾ ਸਕਦੇ, ਮੈਂ ਵੈਸੇ ਵੀ ਨਖਰੇ ਨਹੀਂ ਦਿਖਾਉਂਦੀ ਯਾਰ, ਮੈਨੂੰ ਪਤਾ ਨਹੀਂ, ਮੈਂ ਨਹੀਂ ਦਿਖਾਉਂਦੀ ਅੱਜ, ਆਈ ਪਰਸਨਲੀ ਥਿੰਕ ਮੈਂ ਨਹੀਂ ਦਿਖਾਉਂਦੀ, ਅਤੇ ਮੈਂ ਕੰਮ ਕਰਨ ਆਈ ਹਾਂ, ਮੈਂ ਆਪਣੇ ਕੰਮ ਦੀ ਬਹੁਤ ਰਿਸਪੈਕਟ ਕਰਦੀ ਹਾਂ, ਮੈਨੂੰ ਪੂਜਦੀ ਹਾਂ, ਮੈਂ ਇਹਦੇ 'ਚ ਨਖਰੇ ਨਹੀਂ ਕਰ ਸਕਦੀ। ਅੱਛਾ, ਸਿੰਗਰ ਬਣਨਾ ਚਾਹੁੰਦੇ ਸੀ ਤੁਸੀਂ, ਸਾਨੂੰ ਪਤਾ ਲੱਗਿਆ ਇਹ ਖੁਫੀਆ ਰਿਪੋਰਟਾਂ? ਮੈਂ ਸਿੰਗਰ ਨਹੀਂ ਬਣਨਾ ਚਾਹੁੰਦੀ, ਉਹ ਗਲਤ ਨਿਊਜ਼ ਸਪਰੈਡ ਕੀਤੀ ਆ ਬਿਨੂ ਜੀ ਨੇ, ਉਹ ਜਦੋਂ ਦੀ ਪ੍ਰਮੋਸ਼ਨ ਸਟਾਰਟ ਹੋਈ ਆ ਉਹ ਮੇਰੇ ਤੋਂ ਜ਼ਬਰਦਸਤੀ ਗਵਾਉਂਦੇ ਨੇ, ਬਿਕੋਜ਼ ਜੋਰਡਨ ਬਿਜ਼ੀ ਸੀ ਕਿਤੇ, ਤਾਂ ਉਹ ਮੈਨੂੰ ਗਵਾਹ ਗਵਾ ਕੇ ਪ੍ਰਮੋਸ਼ਨ ਕਰਾ ਰਹੇ ਸੀ ਗਾਣਿਆਂ ਦੀ, ਅਤੇ ਅਸੀਂ ਵੀ ਗਵਾਹ ਗਵਾ ਕੇ ਹੀ ਪ੍ਰਮੋਸ਼ਨ ਕਰਵਾਉਣੀ ਗਾਣਾ ਅੱਜ ਵੀ। ਜੋਰਡਨ ਦੇਖ ਲੈ ਇਸ ਤੋਂ ਬਾਅਦ, ਮੈਂ ਕਾਫੀ ਪੀ ਰਿਹਾ ਤੁਸੀਂ, ਆਹ ਕੀ ਗੱਲ ਹੈ ਯਾਰ, ਸਿੰਗਰ ਇੱਥੇ ਬੈਠਾ ਹੋਇਆ। ਆ ਗਿਆ ਜੀ ਤੈਨੂੰ ਮੈਂ ਪਸੰਦ ਮੁਟਿਆਰੇ ਨੀ, ਟੁੱਟਣਾ ਨਾ ਦੇਣ ਮੈਂ ਤੂੰ ਛੰਨ ਅਤੇ ਤਾਰੇ ਨੀ, ਉਹ ਤਾਂ ਚੁੰਨੀ ਤੈਨੂੰ ਲੈ ਤੂੰ ਚੀਨ ਮੀਨ ਜੱਟ ਨੀ, ਉਹ ਤਾਂ ਚੁੰਨੀ ਤੈਨੂੰ ਲੈ ਤੂੰ ਚੀਨ ਮੀਨ ਜੱਟ ਨੀ, ਤੈਨੂੰ ਫੁੱਲਾਂ ਵਾਂਗੂ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ ਜੱਟ ਨੀ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ ਜੱਟ ਨੀ, ਜੇ ਮੈਂ ਸਾਂਭ ਸਾਂਭ ਰੱਖਦਾ ਜ਼ਮੀਨ ਜੱਟ ਨੀ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ ਜੱਟ ਨੀ। ਵਿੱਚ ਫਾਸਟ ਮੋਡ ਕਿਉਂ ਸਟਾਰਟ ਹੋ ਗਿਆ?
चलो गाना गाओ, चलो बेटा अब गाना गाओ। मेरे को 10 दिनों से हर रोज बैठ बैठ के गाना गवा रहे हैं, को मजाक ही, मैं सिंगर नहीं हूँ। हम बना देंगे सिंगर। इन्होंने इन्ना गाना गा लिया है जी, हुण तां जिवें सुत्ते पए बंदा घराड़े मारदा ही गाना गाउंदे ने, कहिंदे मैं फुल्लां वांगू रखूंगा सी गेड़ी ਭੰਗੜੇ लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन।